ਲੈਣਾ ਵੋਟਾਂ ਰਾਵੇ ਕੀ ਹੋਇਆ ਕਿਸੇ ਗੱਲ ਕੀ ਇਹ ਜੀ 1 ਤਰੀਕ ਨੂੰ ਵੋਟਾਂ ਜਿੱਦਣ ਪਈਆਂ ਇਹਨਾਂ ਨੇ ਬੂਹੇ ਦੇ ਵਿੱਚ ਪੋਲਿੰਗ ਬੂਥ ਲਵਾਇਆ ਸੀ ਕਿਹੜੀ ਪਾਰਟੀ ਦਾ ਇਹਨਾਂ ਨੇ ਕਾਂਗਰਸ ਦਾ ਲਵਾਇਆ ਸੀ ਅੱਛਾ ਅਤੇ ਦੀਪੇ ਦਾ ਕਹਿਣਾ ਸੀ ਕਿ ਤੁਸੀਂ ਕਿਉਂ ਲਵਾਇਆ ਉਹ ਦੀਪਾ ਸਰਪੰਚ ਹੈ ਜੀ ਮੌਕੇ ਦਾ ਮੌਜੂਦਾ ਸਰਪੰਚ ਹੈ ਜੀ ਅੱਛਾ ਉਦੋਂ ਬਾਅਦ ਜੀ ਕੀ ਹੋਇਆ ਇਹ ਉੱਦਣ ਮਾੜਾ ਮੋਟਾ ਕਹਿ ਕੇ ਜਾ ਵੜਿਆ ਕਹਿੰਦਾ ਤੁਹਾਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ ਲਾਇਆ ਕਿਹਨੇ ਸੀਗਾ ਬੂਥ ਲਾਇਆ ਸੀ ਮਨਜੀਤ ਰਾਮ ਅਤੇ ਗੁਰਮੀਤ ਰਾਮ ਨੇ ਆਪਦੇ ਬੂਹੇ ਦੇ ਵਿੱਚ ਲਵਾਇਆ ਕਾਂਗਰਸ ਵਰਕਰ ਸੀ ਜੀ ਕਾਂਗਰਸ ਵਰਕਰ ਹਾਂਜੀ ਹਾਂਜੀ ਇਹਨਾਂ ਨੇ ਫਿਰ ਕੀ ਕੀਤਾ ਜੀ 4 ਤਰੀਕ ਨੂੰ ਜਿੱਦਣ ਵੋਟਾਂ ਦੀ ਗਿਣਤੀ ਹੁੰਦੀ ਹੈ ਜੀ ਉੱਦਣ 6:30 ਵਜੇ ਆ ਕੇ ਇਹਨਾਂ ਨੇ 10-12 ਬੰਦੇ ਆ ਕੇ ਇਹਨਾਂ ਨੇ ਸੱਟਾਂ ਮਾਰੀਆਂ ਅਤੇ ਪਹਿਲਾਂ ਘਰੇ ਮਾਰੀਆਂ ਜੀ ਬਾਅਦ 'ਚ ਜਦੋਂ ਲੰਬੀ ਲੈ ਕੇ ਗਏ ਆ ਉਹ ਰਾਹ ਦੇ ਵਿੱਚ ਫਿਰ ਇਹਨਾਂ ਨੇ ਜਾ ਕੇ ਵਿੱਚ ਗੱਡੀ ਮਾਰ ਕੇ ਸੁੱਟ ਕੇ ਅਤੇ ਉਹਨੇ ਸੱਟਾਂ ਮਾਰੀਆਂ ਬਾਹਲੀਆਂ ਜ਼ਿਆਦੀਆਂ ਮਾਰੀਆਂ ਜੀ ਇੱਕ ਚਾਚਾ ਮੇਰਾ ਮਰ ਗਿਆ ਜੀ ਇੱਕ ਦਾਖਲ ਪਿਆ ਮਰਨਾਊ ਪਿਆ ਜੀ ਉਹ ਅਤੇ ਇਹਨਾਂ ਸਾਨੂੰ ਇਨਸਾਫ਼ ਦਵਾਇਆ ਜਾਵੇ ਕਿਹਦੇ ਕਿਹਦੇ ਸੱਟਾਂ ਮਾਰੀਆਂ ਕਿਹਨੇ ਕਿਹਨੇ ਮਾਰੀਆਂ ਸੀ ਇੱਕ ਤਾਂ ਸੱਟਾਂ ਤਾਂ ਗੁਰਮੀਤ ਰਾਮ ਦੇ ਮਾਰੀਆਂ ਅਤੇ ਮਨਜੀਤ ਰਾਮ ਦੇ ਜੀ ਅੱਛਾ ਅਤੇ ਮਾਰਨ ਵਾਲੇ ਇੱਕ ਦਲੀਪ ਸਰਪੰਚ ਆ ਇੱਕ ਕੀਤਾ ਜੀ ਅਤੇ ਇੱਕ ਸੰਦੀਪ ਹੈ ਜੀ ਇੱਕ ਬੂਟਾ ਇੱਕ ਫਿਰ ਬੂਟਾ ਜੀ ਇੱਕ ਸੰਦੀਪ ਹੈ ਕਾਲਾ ਰਾਮ ਸੰਦੀਪ ਰਾਮ ਹਾਂਜੀ ਇਹਨਾਂ ਨੇ ਘਰੇ ਇਹਨਾਂ ਕੋਲ ਡੰਡੇ ਕਿਰਪਾਨਾਂ ਬਰਛੇ ਇਹੋ ਜਿਹੇ ਸੰਦ ਸੀ ਅਤੇ ਇੱਕ ਰਾੜਾ ਸੀ ਅਤੇ ਮੰਨ ਲਓ ਜਿਵੇਂ ਕਈ ਦੇ ਦਸਤੇ ਸੀ ਇਹ ਕੁਛ ਮਾਰਿਆ ਜਿਹਨਾਂ ਜਿਹਨਾਂ ਦੀ ਮੌਤ ਹੋਈ ਆ ਉਹਨਾਂ ਦਾ ਕੀ ਨਾਮ ਸੀ ਉਹਨਾਂ ਦਾ ਗੁਰਮੀਤ ਰਾਮ ਜੀ ਗੁਰਮੀਤ ਰਾਮ ਕਿੰਨੀ ਉਮਰ ਹੈ ਉਹਨਾਂ ਦੀ 40 ਸਾਲ ਦੀ ਉਮਰ ਕਿੰਨੇ ਕੁ ਬੱਚੇ ਉਹਦੇ 3 ਕੁੜੀਆਂ ਜੀ ਇੱਕ ਮੁੰਡਾ ਹਾਂਜੀ ਇਹਨਾਂ ਦੀ ਬਠਿੰਡੇ ਜਾ ਕੇ ਹੋਈ ਜੀ ਹਾਂਜੀ ਜ਼ਿਲ੍ਹਾ ਹਸਪਤਾਲ 'ਚ ਜੀ ਹੁਣ ਕੀ ਕਾਰਵਾਈ ਕਰਾ ਰਹੇ ਮੰਗ ਹੁਣ ਮੰਗ ਇਹ ਕਰ ਰਹੇ ਜੀ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਅਤੇ ਪੁਲਿਸ ਕਹਿ ਰਹੀ ਹੈ ਵੀ ਕਰੀ ਜਾਂਦੇ 2 ਦਿਨ ਹੋ ਗਏ ਜੀ ਕੋਈ ਅਰੈਸਟ ਨਹੀਂ ਮੇਨ ਬੰਦਾ ਕੋਈ ਵੀ ਨਹੀਂ ਕੀਤਾ ਜੀ ਸਾਡੀ ਮੰਗ ਇਹ ਹੈ ਜੀ ਜੇ ਅੱਜ ਕੋਈ ਅਰੈਸਟ ਕਰਦੇ ਆ ਠੀਕ ਹੈ ਨਹੀਂ ਤਾਂ ਅਸੀਂ ਲੰਬੀ ਜਾ ਕੇ ਧਰਨਾ ਲਾਵਾਂਗੇ ਲਾਸ਼ ਲੈ ਕੇ ਉਹਨਾਂ ਚਿਰ ਸੰਸਕਾਰ ਨਹੀਂ ਕਰਦੇ ਮੇਰਾ ਨਾਂ ਪ੍ਰੀਤ ਕੀ ਹੋਇਆ ਕਿਸੇ ਇੱਥੇ ਭਾਈ ਕੋਈ ਗੱਲ ਨਹੀਂ ਆ ਕੇ ਸੱਟਾਂ ਮਾਰੀਆਂ ਉਹਨਾਂ ਨੇ ਜਿੰਨੇ ਬੰਦੇ ਹੈਗੇ ਨੇ ਸਾਡੇ ਕੋਲ ਕੋਈ ਸੋਟਾ ਨਹੀਂ ਮੇਰੇ ਨਿੱਕੇ ਮੁੰਡੇ ਨੇ ਐਂ ਕਰਕੇ ਹੱਥ ਜੋੜ ਕੇ ਅਸੀਂ ਮਿੰਨਤਾਂ ਕੀਤੀਆਂ ਇਹਨਾਂ ਦੀਆਂ ਵੀ ਭਾਈ ਤੁਸੀਂ ਸਾਡੀ ਸੱਟਾਂ ਨਾ ਮਾਰੋ ਜੇ ਸਾਥੋਂ ਗਲਤੀ ਆ ਤਾਂ ਅਸੀਂ ਤੁਹਾਥੋਂ ਮਾਫ਼ੀ ਮੰਗ ਲਵਾਂਗੇ ਅਸੀਂ ਇਹਨਾਂ ਤੋਂ ਮਾਫ਼ੀ ਇੱਥੇ ਵੀ ਮੰਗ ਰਹੇ ਹਾਂ ਪਰ ਇਹਨਾਂ ਨੇ ਸਾਡੇ ਨਾਲ ਬਾਹਲਾ ਧੱਕਾ ਕੀਤਾ ਇੱਥੇ ਸਾਡੇ ਸੱਟਾਂ ਮਾਰ ਕੇ ਗਏ ਚਲੇ ਨਾ ਗਾਂਹ ਜਾ ਕੇ ਇਹਨਾਂ ਨੇ ਫਿਰ ਉੱਥੇ ਮੋੜ 'ਤੇ ਸੱਟਾਂ ਮਾਰੀਆਂ ਨੇ ਪਰ ਅਸੀਂ ਕੁਛ ਨਹੀਂ ਆਉਂਦੇ ਪਰ ਸਾਡਾ ਤਾਂ ਆ ਏ ਵੀ ਇੱਕ ਵਾਰੀ ਸਾਨੂੰ ਇਹਨਾਂ ਦਾ ਮੌਜੂਦਾ ਸਾਨੂੰ ਫੜਾ ਕੇ ਸਾਨੂੰ ਵਿਖਾ ਦੇਣ ਅਸੀਂ ਤਾਂ ਫਿਰ ਸ਼ਿਕਾਰ ਕਰਾਂਗੇ ਨਹੀਂ ਤਾਂ ਉੱਥੋਂ ਜ਼ਿਕਰ ਸ਼ਿਕਾਰ ਨਹੀਂ ਕਰਦੇ ਮੇਰਾ ਕੋਈ ਬੱਕਰੀ ਭੇਡ ਦਾ ਦੇ ਲਾ ਨਹੀਂ ਹੈਗਾ ਅੱਜ ਪਤਾ ਮੈਂ ਖਰੇ ਕਿੱਡਾ ਔਖਾ ਜੀ ਪਲਦਾ ਏ ਪਲਦਾ ਕਿ ਨਹੀਂ ਇਹ ਮੇਰੀ ਮਿਹਨਤ ਆ ਹਾਂ ਅੱਜ ਮੇਰਾ ਘਰ ਉੱਜੜਿਆ ਏ ਅੱਜ ਇੱਕ ਮੇਰਾ ਜਾਨੋਂ ਚਲਾ ਗਿਆ ਇੱਕ ਮੇਰਾ ਜੇ ਹਸਪਤਾਲ 'ਚ ਪਿਆ ਮੇਰੇ ਦਾ ਕੀ ਪਤਾ ਏ ਹੈ ਤੇ ਮੈਂ ਤੇ ਉੱਜੜ ਗਈ ਤੇ ਮੇਰਾ ਤੇ ਇਹਦਾ ਐਡਾ ਮੌਜੂਦਾ ਕਰਕੇ ਤੇ ਸਰਪੰਚ ਬੰਦੇ ਤੇ ਨਹੀਂ ਮਾਰਦੇ ਆਮ ਪਾਰਟੀ ਦਾ ਹਾਂ ਤੇ ਮੇਰਾ ਤੇ ਆਹ ਮਨਜੀਤ ਆ ਬਸ ਤੇ ਇਹ ਮੇਰੀ ਗੱਲ ਕਰੀ ਜਾਵੇ ਜਿਨ੍ਹਾਂ ਦੀ ਡੈਥ ਹੋਈ ਆ ਉਹ ਤੁਹਾਡੇ ਕੀ ਲੱਗਦੇ ਉਹ ਮੇਰਾ ਵੱਡਾ ਮੁੰਡਾ ਹੈਗਾ ਕਿੰਨੇ ਮੁੰਡੇ ਨੇ ਤੁਹਾਡੇ ਮੁੰਡੇ ਮੇਰੇ 2 ਹਾਂ ਇੱਕ ਮਾਰੀ ਗਿਆ ਇੱਕ ਬਠਿੰਡੇ ਵਿੱਚ ਹੈ ਜਿਹੜੇ ਮਾਰਨ ਵਾਲੇ ਆ ਉਹ ਕਿਹੜੀ ਪਾਰਟੀ ਨਾਲ ਹੈਗੇ ਉਹ ਆਮ ਪਾਰਟੀ ਨਾਲ ਹੈਗੇ ਨੇ ਆਮ ਪਾਰਟੀ ਹਾਂ
ਹੁਣ ਕੀ ਤੁਹਾਡੀ ਕੀ ਮੰਗ? ਸਾਡੀ ਮੰਗ ਇਹ ਹੈਗੀ ਵੀ ਭਾਈ ਉਹਨਾਂ ਨੂੰ ਫੜ ਲਿਆਓ, ਫੜ ਕੇ ਉਹਨਾਂ ਨੂੰ ਸਾਨੂੰ ਵਿਖਾਓ ਵੀ ਹਾਂ ਆਹ ਮੌਜੂਦਾ ਸੀ ਫੜਿਆ, ਅਸੀਂ ਫਿਰ ਸ਼ਿਕਾਰ ਕਰਾਂਗੇ, ਜੇ ਨਹੀਂ ਫੜ ਕੇ ਲਿਆਉਂਦੇ ਥਾਣੇ ਸਾਡੀ ਲੋਥ ਜਾਵੇਗੀ, ਉੱਥੇ ਸਾਡਾ ਮਸਲਾ ਫਿਰ ਹੱਲ ਹੋਵੇਗਾ, ਭਾਵੇਂ ਸਾਡੀ ਚਾਰ ਦਿਨ ਮਿੱਟੀ ਪਈ ਰਹੇ ਹੁਣ ਤਿੰਨ ਦਿਨ ਹੋ ਗਏ, ਸਾਡੀ ਤਾਂ ਆਹ ਮਿਹਨਤ ਆ। ਹਾਂ ਮੇਰਾ ਨਾਮ ਬੂਟਾ ਰਾਮ ਹੈ ਜੀ, ਮੇਰੇ ਚਾਚਾ ਜੀ। ਮਾਮਲਾ ਜੀ, ਅਸੀਂ ਕਾਂਗਰਸ ਪਾਰਟੀ ਦਾ ਮਨਜੀਤ ਰਾਮ ਅਤੇ ਗੁਰਮੀਤ ਰਾਮ ਦੇ ਘਰ ਬੂਥ ਲਵਾਇਆ ਸੀ, ਇਹ ਉਹ ਉਸ ਦਿਨ ਵੀ ਆ ਕੇ ਕਹਿ ਗਿਆ, ਕਹਿੰਦਾ ਬੂਥ ਅਸੀਂ ਨਹੀਂ ਲੱਗਣ ਦੇਣਾ ਜੀ। ਬਾਅਦ 'ਚ ਜੀ ਜਿੱਦਣ 4 ਤਰੀਕ ਹੋਈ ਆ, ਜਿੱਦਣ ਵੋਟਾਂ ਦੀ ਗਿਣਤੀ 6:30 ਵਜੇ 10-12 ਬੰਦੇ ਲਿਆ ਕੇ ਘਰ ਗਲ ਪੈ ਗਈ, ਸੱਟਾ ਮਾਰ ਗਿਆ। ਇਹ ਦਲੀਪ ਰਾਮ ਸਰਪੰਚ ਲੈ ਕੇ ਆਇਆ ਸੀ ਅਤੇ ਸੱਟਾ ਮਾਰ ਕੇ ਜੀ। ਇਹ ਮੌਜੂਦਾ ਸਰਪੰਚ ਆ ਜੀ, ਆਮ ਆਦਮੀ ਪਾਰਟੀ ਦਾ ਜੀ, ਅਤੇ ਇਹ ਸੱਟਾ ਮਾਰ ਕੇ ਜੀ, ਜਦੋਂ ਸੱਟਾ ਮਾਰ ਕੇ ਉਦੋਂ ਬਾਅਦ ਅਸੀਂ ਦਾਖਲ ਕਰਾਉਣ ਚੱਲੇ ਸੀ ਮੋਟਰਸਾਈਕਲ 'ਤੇ ਜੀ, ਲੰਬੀ ਦੇ ਨਜ਼ਦੀਕ ਜਮ੍ਹਾਂ ਜਾ ਕੇ ਇਹਨਾਂ ਨੇ ਵਿੱਚ ਕਾਰ ਮਾਰ ਕੇ ਫਿਰ ਸੁੱਟ ਲਿਆ ਜੀ। 10-15 ਬੰਦੇ ਉੱਥੇ ਸੀ, ਇਹਨਾਂ ਨੇ ਡਾਂਗਾ ਡੋਂਗਾ ਬਹੁਤ ਡਾਂਗਾ ਮਾਰੀਆਂ, ਗੁੰਡਾਸੇ ਮਾਰ ਮਾਰ ਕੇ ਬੰਦਾ ਮੁੰਡਾ ਵੱਢਤਾ ਜੀ ਮੇਰਾ ਚਾਚਾ ਗੁਰਮੀਤ ਰਾਮ ਜੀ। ਇਹ ਕਹਿੰਦੇ ਜੀ ਅਸੀਂ ਤੁਹਾਨੂੰ ਦਾਖਲ ਨਹੀਂ ਹੋਣ ਦੇਣਾ। ਉਸ ਤੋਂ ਬਾਅਦ ਜੀ ਅਸੀਂ ਚੱਕ ਚੁਕਾ ਕੇ ਜਿਵੇਂ ਵੀ ਉੱਥੇ ਦਾਖਲ ਕਰਾਇਆ, ਅਤੇ ਦਾਖਲ ਜਦੋਂ ਕਰਵਾਇਆ ਜੀ, ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਰੈਫਰ ਕਰਤਾ ਜੀ ਬਠਿੰਡੇ, ਕਹਿੰਦੇ ਜੀ ਸੱਟਾਂ ਬਾਹਲੀਆਂ ਜ਼ਿਆਦਾ ਆ, ਨਜਾਇਜ਼ ਆ, ਅਤੇ ਤੁਸੀਂ ਬਠਿੰਡੇ ਲੈ ਜਾਓ ਜੀ। ਅਸੀਂ ਜੀ ਉੱਥੇ ਬਠਿੰਡੇ ਲੈ ਗਏ, ਬਠਿੰਡੇ ਜਾਣ ਤੋਂ ਬਾਅਦ ਜੀ 1 ਵਜੇ ਦਮ ਤੋੜ ਗਿਆ ਜੀ। ਦੂਜਾ ਚਾਚਾ ਮੇਰਾ ਉਹ ਮਰਨਾਊ ਪਿਆ ਜੀ, ਜਮਾਂ ਉਹਦੀ ਬੁਰੀ ਹਾਲਤ ਆ ਜੀ, ਏ ਸੀ ਯੂ 'ਚ ਪਿਆ ਜੀ ਉਹ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਜੇ ਇੰਨਾ ਵੀ ਹੋਵੇ ਸਾਨੂੰ ਇਨਸਾਫ ਮਿਲੇ। ਮੰਗ ਸਾਡੀ ਇਹ ਜੀ, ਸੰਸਕਾਰ ਅਸੀਂ ਉਦੋਂ ਕਰਾਂਗੇ ਜਦੋਂ ਦਲੀਪ ਰਾਮ ਅਤੇ ਸਰਪੰਚ ਜਿਹੜਾ ਉਹ ਫੜਿਆ ਜਾਵੇ, ਉਹਦੇ ਭਰਾ ਜਿੰਨੇ ਵੀ ਹੈ ਜੀ ਸਾਰੇ ਫੜੇ ਜਾਣ, ਅਤੇ ਸਾਨੂੰ ਇਨਸਾਫ ਇਹੀ ਚਾਹੀਦਾ ਜੀ, ਨਹੀਂ ਤਾਂ ਅਸੀਂ ਜਾ ਕੇ ਲੰਬੀ ਫਿਰ ਧਰਨਾ ਲਾਵਾਂਗੇ ਲਾਸ਼ ਲੈ ਕੇ। ਸਰਪੰਚ ਮੌਜੂਦਾ ਸਰਪੰਚ ਕਿਉਂ ਜਾਂ ਪਿੰਡ ਦਾ ਸਰਪੰਚ ਵੀ ਇਹ ਜਿਹੜਾ ਸਾਡੇ ਮੌਜੂਦਾ ਸਰਪੰਚ ਕੋਈ ਇਹ ਸਹੀ ਨਹੀਂ ਸੀ ਸਰਪੰਚ ਜੀ, ਹੈ ਤਾਂ ਇਹ ਆਮ ਆਦਮੀ ਪਾਰਟੀ ਦਾ, ਪਰ ਆਮ ਆਦਮੀ ਪਾਰਟੀ ਦੇ ਹੈ ਨਹੀਂ ਜੀ, ਗੱਲ ਹੈ ਨਹੀਂ।